ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਲੰਡਰ ਜੋ ਜਾਰੀ ਕੀਤਾ ਜਾ ਰਿਹਾ ਹੈ, ਉਸ ਦੇ ਉੱਪਰ ਨਾਨਕਸ਼ਾਹੀ ਸੰਮਤ ਲਿਖਿਆ ਹੋਇਆ ਹੁੰਦਾ ਹੈ, ਜਿਵੇਂ ਨਾਨਕਸ਼ਾਹੀ ਸੰਮਤ 550 ਦਾ ਕੈਲੰਡਰ, ਨਾਨਕਸ਼ਾਹੀ ਸੰਮਤ 551 ਦਾ ਕੈਲੰਡਰ, ਇਸ ਸਾਲ ਨਾਨਕਸ਼ਾਹੀ ਸੰਮਤ 552 ਦਾ ਕੈਲੰਡਰ। ਪਰ ਉਸ ਦੇ ਵਿੱਚ ਸਭ ਕੁਛ ਜੋ ਆ ਉਹ ਹਿੰਦੂ ਪੰਚਾਂਗਾਂ ਦੇ ਮੁਤਾਬਕ ਹੁੰਦਾ ਹੈ, ਸਾਰੀਆਂ ਸੰਗਰਾਂਦਾਂ, ਸਾਰੇ ਗੁਰੂ ਸਾਹਿਬਾਂ ਦੇ ਪੁਰਬ। ਸੋ ਉਹਦੇ ਉੱਪਰ ਕੈਲੰਡਰ ਦੇ ਲਿਖਣਾ ਇਹਨਾਂ ਨੂੰ ਇਹ ਚਾਹੀਦਾ ਸੀ ਜੀ, ਇਹਨਾਂ ਨੇ ਨਾਨਕਸ਼ਾਹੀ ਸੰਮਤ ਲਿਖਿਆ ਹੈ ਕਿ ਨਾਨਕਸ਼ਾਹੀ ਸੰਮਤ 552 ਦਾ ਕੈਲੰਡਰ ਬਿਕਰਮੀ ਪੰਚਾਂਗਾਂ ਅਨੁਸਾਰ ਇਹ ਸਹੀ ਹੈ ਡੇਂਗਾ ਉਸ ਦਾ। ਅਤੇ ਸੰਗਤਾਂ ਜਿਹੜੀਆਂ ਉਹ ਸਿਰਫ ਨਾਨਕਸ਼ਾਹੀ ਸੰਮਤ ਪੜ੍ਹ ਕੇ ਉਹ ਸਮਝਦੀਆਂ ਕਿ ਇਹ ਨਾਨਕਸ਼ਾਹੀ ਕੈਲੰਡਰ, ਇਹ ਨਾਨਕਸ਼ਾਹੀ ਕੈਲੰਡਰ ਬਿਲਕੁਲ ਨਹੀਂ ਹੈ। ਵਿਸਾਖੀਆਂ ਜਿਹੜੀਆਂ ਆਮ ਪਿਛਲੇ ਕੁਝ ਸਾਲਾਂ ਤੋਂ ਦੋ ਵਾਰੀ ਬਿਕਰਮੀ ਕੈਲੰਡਰ ਦੇ ਵਿੱਚ 13 ਤਰੀਕ ਨੂੰ ਆਉਂਦੀਆਂ, ਦੋ ਵਾਰ 14 ਨੂੰ ਆਉਂਦੀਆਂ, ਤਾਂ ਇਹ ਹੌਲੀ ਹੌਲੀ ਬਦਲ ਕੇ 3 ਵਾਰੀ 14 ਹੋ ਜਾਣੀ ਹੈ, 1 ਵਾਰ 13 ਰਹਿ ਜਾਣੀ ਹੈ, ਫਿਰ 14 ਨੂੰ ਚੱਲਣ ਲੱਗ ਪੈਣੀ ਹੈ, 2100 ਜਾ ਕੇ 15 ਅਪ੍ਰੈਲ ਨੂੰ ਹੋ ਜਾਣੀ ਹੈ। ਇਹ ਬਿਕਰਮੀ ਕੈਲੰਡਰ ਦੀਆਂ ਸੰਗਰਾਂਦਾਂ ਦਾ ਗੋਰਖ ਧੰਦਾ ਆ। ਸੋ ਨਾਨਕਸ਼ਾਹੀ ਕੈਲੰਡਰ ਵਿੱਚ ਵਿਸਾਖੀ ਦੀ ਤਰੀਕ ਅਤੇ ਹੋਰ ਸੰਗਰਾਂਦਾਂ ਦੀਆਂ ਤਰੀਕਾਂ ਸਦਾ ਵਾਸਤੇ ਨਿਸ਼ਚਿਤ ਹਨ। ਵਿਸਾਖੀ 14 ਅਪ੍ਰੈਲ ਦੀ ਹੈ, ਇਸ ਸਾਲ ਵੀ ਨਾਨਕਸ਼ਾਹੀ ਕੈਲੰਡਰ ਦੀ ਵਿਸਾਖੀ ਜਿਹੜੀ ਹੈ ਉਹ 14 ਅਪ੍ਰੈਲ ਦੀ ਹੀ ਹੈ। ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਹੋ ਤਾਂ ਫਿਰ 14 ਅਪ੍ਰੈਲ ਨੂੰ ਵਿਸਾਖੀ ਜਿਹੜੀ ਆ ਉਹ ਮਨਾਉਣੀ ਚਾਹੀਦੀ ਹੈ। ਜੇ ਤੁਸੀਂ ਬਿਕਰਮੀ ਕੈਲੰਡਰ ਨੂੰ ਮੰਨਦੇ ਹੋ ਤਾਂ ਫਿਰ ਤੁਹਾਨੂੰ ਜੋ ਪੰਡਤਾਂ ਦੀਆਂ ਪੰਚਾਂਗਾਂ 'ਚ ਲਿਖਿਆ ਉਹਦੇ ਮੁਤਾਬਕ ਮਨਾਓ। ਫਿਰ ਮੈਂ ਤਾਂ ਬੇਨਤੀ ਇਹੀ ਕਰਦਾ ਹਾਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹਰ ਸਾਲ 14 ਅਪ੍ਰੈਲ ਨੂੰ ਵਿਸਾਖੀ ਮਨਾਈ ਜਾਵੇ। ਉਸ ਦਿਨ ਜੋ ਸਹੀ ਤਰੀਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ, ਉਹ ਵੀ ਵਿਸਾਖੀ ਦੀ ਹੈ, ਇੱਕ ਵਿਸਾਖ ਦੀ ਹੈ, ਅਤੇ ਉਹ ਵੀ 14 ਅਪ੍ਰੈਲ ਦਾ ਦਿਹਾੜਾ ਹੈ। ਆਪ ਸਭ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਖਾਲਸਾ ਦੇ ਸਾਜਨਾ ਦਿਵਸ ਦੀਆਂ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਟੈਸਟ ਨਿਊਜ਼ ਅਪਡੇਟਸ ਲਈ ਪੰਜਾਬ ਟਾਈਮਸ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ।